ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ 2024 ਦੇ ਵਿੱਚ ਇਹ ਪੰਜ ਗਲਤੀਆਂ ਭੁੱਲ ਕੇ ਵੀ ਨਾ ਕਰਿਓ ਇਹ ਪੰਜ ਗਲਤੀਆਂ ਗਰੀਬੀ ਦਾ ਕਾਰਨ ਬਣਦੀਆਂ ਨੇ ਜੇ ਇਹ ਗਲਤੀਆਂ ਨਹੀਂ ਕਰਦੇ ਤਾਂ ਸੁਖੀ ਵੀ ਵਸਾਂਗੇ ਤੇ ਅਮੀਰੀ ਵੀ ਘਰ ਆਵੇਗੀ ਗੁਰਬਾਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਕੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਸਾਜ ਸੰਗਤ ਜੀ ਮਨੁੱਖਾ ਆਪਣੀਆਂ ਆਤਾਂ ਨਾਲ ਹੀ ਸਭ ਕੁਝ ਹਾਸਲ ਕਰ ਸਕਦਾ ਹੈ ਤੇ ਆਪਣੀਆਂ ਇਹਨਾਂ ਆਦਤਾਂ ਕਰਕੇ ਹੀ ਸਭ ਕੁਝ ਗਵਾ ਵੀ ਸਕਦਾ ਹੈ ਆਪਾਂ ਆਪਣੇ ਜੀਵਨ ਵਿੱਚ ਅੱਜ ਜੋ ਵੀ ਹਾਸਲ ਕੀਤਾ ਜਾਂ ਫਿਰ ਜੋ ਵੀ ਗਵਾਇਆ ਆਪਣੀ ਆਦਤਾਂ ਕਰਕੇ ਹੈ ਅੱਜ ਤੱਕ ਆਪਾਂ ਜ਼ਿੰਦਗੀ ਵਿੱਚ ਜੋ ਵੀ ਹਾਸਲ ਕੀਤਾ ਜੋ ਵੀ ਗਵਾਇਆ ਉਹਦੇ ਲਈ ਹੁਣ ਤੱਕ ਆਪਣੀਆਂ ਸਾਰੀਆਂ ਆਦਤਾਂ ਜ਼ਿੰਮੇਵਾਰ ਨੇ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਇਸ ਲਈ ਹੁਣ ਨਵੇਂ ਸਾਲ ਵਿੱਚ ਆਪਣੀ ਮਾੜੀਆਂ ਆਦਤਾਂ ਨੂੰ ਨਾ ਲੈ ਕੇ ਨਾ ਚੱਲੀਏ ਕਿਉਂਕਿ ਹਰ ਨਵਾਂ ਸਾਲ ਹਰ ਨਵਾਂ ਦਿਨ ਇੱਕ ਨਵਾਂ ਸੁਨੇਹਾ ਦੇਂਦੇ ਜਿਵੇਂ ਇਹ ਸੰਸਾਰ ਇਹ ਸਮਾਂ ਦਿਨ ਪ੍ਰਤੀ ਦਿਨ ਬਦਲਦਾ ਪਿਆ ਆਓ ਆਪਾਂ ਵੀ ਆਪਣੀ ਆਤਾਂ ਨੂੰ ਬਦਲੀਏ ਜੇ ਆਪਣੀਆਂ ਆਤਾਂ ਵਧੀਆਂ ਹੋਣਗੀਆਂ ਤਾਂ ਜ਼ਿੰਦਗੀ ਵਧੀਆ ਹੋ ਜਾਵੇਗੀ ਕਹਿੰਦੇ ਆ ਨਾ ਫਲਾਣੇ ਦੀ ਜ਼ਿੰਦਗੀ ਸਵਰਗ ਹੈ ਉਹਦੀ ਆਤਾਂ ਨਾਲ ਹੀ ਉਹਦੀ ਜ਼ਿੰਦਗੀ ਸਵਰਗ ਬਣੀ ਹੋਈ ਹੈ ਜੋ ਸਾਡੇ ਕੰਮ ਅੱਜ ਤੱਕ ਜਾਣੇ ਅਣਜਾਣੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਨੁਕਸਾਨ ਕਰਦੇ ਪਏ ਸੀ ਉਹ ਅੱਜ ਤੋਂ ਹੀ ਆਪਾਂ ਤਿਆਗ ਦੀਏ ਸਭ ਤੋਂ ਪਹਿਲੀ ਗੱਲ ਆਪਣੀ ਇਹ ਕੀਮਤੀ ਸਮੇਂ ਨੂੰ ਜੋ ਚੱਲ ਰਿਹਾ ਇਹਨੂੰ ਕਦੇ ਵੀ ਵਿਅਰਥ ਨਾ ਗਵਾਓ ਆਪਾਂ ਉਹੀ ਬਣਾਂਗੇ ਜਿਸ ਚੀਜ਼ ਨੂੰ ਆਪਾਂ ਜ਼ਿਆਦਾ ਵਕਤ ਦਿੰਦੇ ਹਾਂ ਜੇ ਆਪਣਾ ਸਮਾਂ ਐਵੇਂ ਬੇਫਜ਼ੂਲ ਆਪਾਂ ਕਿਤੇ ਵੀ ਲਗਾ ਰਹੇ ਤਾਂ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਰਹੇਗਾ ਜੇ ਆਪਾਂ ਸਮਾਂ ਆਪਣੇ ਚੰਗੇ ਪਾਸੇ ਲਾ ਰਹੇ ਕੁਝ ਨਵਾਂ ਸਿੱਖ ਰਹੇ ਤਾਂ ਆਪਣਾ ਭਵਿੱਖ ਵੀ ਸੁਨਹਿਰਾ ਹੋ ਜਾਵੇਗਾ ਇਸ ਲਈ ਆਪਨੇ ਸਮੇਂ ਦੇ ਸਹੀ ਵਰਤੋ ਕਰੋ ਆਪਣੇ ਸਮੇਂ ਨੂੰ ਐਵੇਂ ਅਜਾਇਆ ਨਾ ਗਵਾ ਲੋਕਾਂ ਦੀ ਨਿੰਦਿਆ ਚੁਗਲੀ ਵਿੱਚ ਦਿਨ ਨੂੰ ਨਾ ਲੰਘਾਵੋ ਹਰ ਸਮੇਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਰੋਜ਼ ਕੁਝ ਨਾ ਕੁਝ ਨਵਾਂ ਸਿੱਖੋ ਦਿਨ ਨੂੰ ਸਗਾਰਥ ਬਣਾਓ ਸਮੇਂ ਦੀ ਕਦਰ ਕਰੋ ਸਮਾਤਾ ਨੂੰ ਬਹੁਤ ਕੁਝ ਦੇ ਦੇਗਾ ਦੂਜਾ ਜੋ ਨਿਯਮ ਬਣਾਉਣਾ ਹੈ ਉਹ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਸਾਰਾ ਕੁਝ ਸਾਡੀ ਸਿਹਤ ਤੇ ਹੀ ਨਿਰਭਰ ਕਰਦਾ ਹੈ ਜੇ ਆਪਣਾ ਸਰੀਰ ਵਧੀਆ ਹੈ ਨਾ ਤਾ ਆਪਾਂ ਆਪਣੀ ਜ਼ਿੰਦਗੀ ਵਿੱਚ ਸਾਰੇ ਚੀਜ਼ਾਂ ਦਾ ਆਨੰਦ ਮਾਣ ਸਕਦੇ ਹ ਕਿਉਂਕਿ ਇੱਕ ਰੋਗੀ ਦੇ ਕਦੇ ਵੀ ਸਾਨੂੰ ਸੁੱਖ ਨਹੀਂ ਦੇ ਸਕਦੀ ਕਿਉਂਕਿ ਰੋਗੀ ਦੇ ਸਾਡੇ ਮਨ ਨੂੰ ਵੀ ਰੋਗੀ ਬਣਾ ਦੇਗੀ ਤੇ ਬਿਸਤਰੇ ਦੇ ਨਾਲ ਫਿਰ ਲੱਗੇ ਰਵਾਂਗੇ ਜੇ ਸਰੀਰ ਸਹੀ ਹੈ ਤਾਂ ਆਪਾਂ ਸਭ ਕੁਝ ਹਾਸਲ ਕਰ ਸਕਦੇ ਹ ਸਰੀਰ ਸਹੀ ਤਾਂ ਮਨ ਵੀ ਸਹੀ ਮਨ ਮਜ਼ਬੂਤ ਤਾਂ ਫਿਰ ਹਰ ਕੰਮ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਰੋਜ਼ ਦਾ 1 ਘੰਟਾ ਆਪਣੇ ਸਰੀਰ ਨੂੰ ਦੇਵੋ ਕਿਉਂਕਿ ਨਿਰੋਗ ਦੇਹੀ ਸਾਨੂੰ ਕਾਮਯਾਬੀ ਵੱਲ ਲੈ ਕੇ ਜਾ ਸਕਦੀ ਹੈ ਸਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਅੱਧਾ ਘੰਟਾ ਸੈਰ ਕਰੋ ਉਹ ਅੱਧੇ ਘੰਟੇ 'ਚ ਨਾਲ ਮੋਲ ਮੰਤਰ ਦਾ ਜਾਪ ਕਰੋ ਇਹ ਮਨ ਤੇ ਤਨ ਦੋਨਾਂ ਨੂੰ ਨਿਰੋਗੀ ਰੱਖੇਗੀ ਤੇ 1 ਮਹੀਨੇ ਵਿੱਚ ਵੇਖਿਓ ਘਰ ਦੀ ਕਾਇਆ ਪਲਟ ਵੀ ਹੋ ਜਾਏਗੀ ਬਰਕਤ ਵੀ ਵਾਸ ਕਰੇਗੀ ਤੀਜੀ ਗੱਲ ਆਪਣੇ ਵਿੱਚੋਂ ਕਈ ਹਰ ਸਮੇਂ ਸੁਸਤੀ ਪਾ ਕੇ ਰੱਖਦੇ ਨੇ ਆਲਸ ਨੂੰ ਆਪਣਾ ਦੋਸਤ ਬਣਾ ਕੇ ਰੱਖਦੇ ਨੇ ਹਰੇਕ ਕੰਮ ਨੂੰ ਕੱਲ ਜਾਂ ਆਗਾ ਤੇ ਟਾਲਮਟੋਲ ਕਰਦੇ ਨੇ ਫਿਰ ਉਹ ਕੰਮ ਨੂੰ ਕਦੇ ਵੀ ਨਹੀਂ ਕਰਦੇ ਆਪਣੇ ਕੰਮ ਕਾਰਜ ਨੂੰ ਕਦੇ ਵੀ ਕੱਲ ਤੇ ਨਾ ਟਾਲੋ ਜੋ ਕੰਮ ਸਾਡੇ ਪਵੇਂਖ ਲਈ ਹੈ ਉਹ ਅੱਜ ਹੀ ਕਰੋ ਜੇ ਪਤਾ ਹੈ ਵੀ ਇਹ ਕੰਮ ਮੇਰੀ ਪਹਲਾਈ ਲਈ ਹੈ ਤਾਉ ਨੂੰ ਹੁਣੇ ਕਰੋ ਕਿਉਂਕਿ ਜਿਉਣਾ ਅੱਜ ਦਾ ਨਾਮ ਹੈ ਕਿਉਂਕਿ ਇਹ ਕੱਲ ਨਾ ਤਾਂ ਕਦੇ ਆਈਏ ਤੇ ਨਾ ਹੀ ਕਦੇ ਆਉਣੀ ਜੋ ਟਾਲਮਟੋਲੇ ਨਾ ਇਹ ਸਾਡੇ ਦਿਮਾਗ ਦੀ ਖੇਡ ਹੈ ਇਸ ਲਈ ਇਹਨੂੰ ਕੱਲ ਨੂੰ ਦੂਰ ਪਾਓ ਤੇ ਅੱਜ ਤੋਂ ਹੀ ਸ਼ੁਰੂ ਕਰੋ ਚੌਥੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਨੂੰ ਆਪਾਂ ਖੁਸ਼ ਕਰਨ ਨੂੰ ਲੱਗੇ ਫਿਰਦੇ ਆਂ ਵੀ ਫਲਾਣਾ ਕਿਤੇ ਮੇਰੇ ਤੋਂ ਨਾਰਾਜ਼ ਨਾ ਹੋ ਜੇ ਉਹਨੂੰ ਵੀ ਖੁਸ਼ ਰੱਖੀਏ ਉਹਨੂੰ ਵੀ ਖੁਸ਼ ਰੱਖੀਏ ਸਭ ਨੂੰ ਖੁਸ਼ ਰੱਖਣਾ ਬੰਦ ਕਰੋ ਕੁਝ ਲੋਕ ਤੁਹਾਡੇ ਤੋਂ ਖੁਸ਼ ਰਹਿਣਗੇ ਕੁਝ ਲੋਕ ਤੁਹਾਡੇ ਜਿਹੜੇ ਬਾਰੇ ਉਹ ਮਾੜੇ ਖਿਆਲ ਵੀ ਰੱਖਣਗੇ ਕੁਝ ਲੋਕ ਸਾਡੇ ਬਾਰੇ ਮਾੜਾ ਬੋਲਣਗੇ ਕੁਝ ਚੰਗਾ ਵੀ ਬੋਲਣਗੇ ਇਨਾਂ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਨਾ ਦੇਵੋ ਬਲਕਿ ਉਹ ਕਰੋ ਜੋ ਤੁਹਾਡੇ ਲਈ ਚੰਗਾ ਤੇ ਤੁਹਾਡੇ ਲਈ ਸਹੀ ਹੈ ਇੱਕ ਨਾ ਬੜੀ ਕੋਈ ਹਸਤੀ ਹੋਈਏ ਤੇ ਉਹਨਾਂ ਬੜੇ ਜਿਆਦਾ ਉਹ ਮਤਲਬ ਅਮੀਰ ਵੀ ਹੋਈ ਤੇ ਬੜਾ ਜਿਆਦਾ ਉਹਨੂੰ ਸੁੱਖ ਵੀ ਮਿਲਿਆ ਕਿਸੇ ਨੇ ਪੁੱਛਿਆ ਵੀ ਪਹਿਲਾਂ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਸਨ ਤੇ ਤੁਸੀਂ ਗਰੀਬ ਸੋ ਤੇ اچانک ਇੱਕ ਸਾਲ ਦੇ ਵਿੱਚ ਹੀ ਤੇ ਵੀ ਤੁਹਾਡੇ ਘਰ ਸਾਰੇ ਸੁੱਖ ਵੀ ਆ ਗਏ ਤੁਸੀਂ ਸਾਰਾ ਟੱਬਰ ਖੁਸ਼ ਵੀ ਰਹਿਣ ਲੱਗ ਗਏ ਤੇ ਤੁਹਾਡੀ ਘਰ ਬਰਕਤ ਵੀ ਆਈ ਇਹਦੇ ਪਿੱਛੇ ਕਾਰਨ ਕੀ ਅਗੋਨਾ ਕਹਿਆ ਜੀ ਪਹਿਲਾਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਕਹਿੰਦੇ ਸੀ ਵੀ ਲੋਕ ਕੀ ਕਹਿਣਗੇ ਅਸੀਂ ਲੋਕਾਂ ਨੂੰ ਖੁਸ਼ ਕਰਨ 'ਚ ਲੱਗੇ ਸੀ ਹੁਣ ਅਸੀਂ ਆਪਣੇ ਆਪ ਨੂੰ ਖੁਸ਼ ਕਰਨ ਵਿੱਚ ਲੱਗੇ ਆ ਆਪਣੇ ਆਪ ਨੂੰ ਅੱਗੇ ਵਧਾਉਣ ਵਿੱਚ ਲੱਗੇ ਆ ਮੈਂ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਲਿਆ ਤੇ ਮੇਰੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਗਈ ਇਹ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਨਾ ਦਿਓ ਬਲਕਿ ਉਹ ਕਰੋ ਜੋ ਤੁਹਾਡੇ ਲਈ ਸਹੀ ਫਿਰ ਦੇਖਿਓ ਤੁਹਾਡਾ ਸਾਰਾ ਕੁਝ ਹੀ ਚੰਗਾ ਹੋ ਜਾਵੇਗਾ ਆਖਰੀ ਗੱਲ ਕਦੇ ਵੀ ਆਪਣਾ ਜੋ ਬੀਤ ਗਿਆ ਉਹਨੂੰ ਨਾ ਜੋ ਜੋ ਹੋ ਗਿਆ ਮੁੜ-ਮੁੜ ਉਸ ਵਿੱਚ ਹੀ ਆਪਾਂ ਜਾਂਦੇ ਰਹਿੰਨੇ ਆ ਜੋ ਸਮਾਂ ਲੰਘ ਗਿਆ ਉਹਨੂੰ ਆਪਣੇ ਅੱਜ ਤੇ ਭਾਰੀ ਨਾ ਪੈਣ ਦਿਓ ਕਿਉਂਕਿ ਸਾਡਾ ਆਉਣ ਵਾਲਾ ਕੱਲ ਸਾਡੇ ਅੱਜ ਤੋਂ ਹੀ ਬਣਦਾ ਜੋ ਅੱਜ ਸਾਡਾ ਸੋਹਣਾ ਤਾ ਫਿਰ ਆਉਣ ਵਾਲਾ ਕੱਲ ਵੀ ਸੋਨਾ ਹੋਵੇਗਾ ਜੋ ਸਮਾਂ ਲੰਘ ਗਿਆ ਉਹ ਤਾਂ ਲੰਘ ਹੀ ਗਿਆ ਜੋ ਲੰਘ ਗਿਆ ਉਹਦੇ ਨਾਲ ਹੀ ਸਾਰਾ ਕੁਝ ਬੀਤ ਗਿਆ ਆਪਣੀ ਅੱਜ ਵਿੱਚ ਜਿਉਣਾ ਸਿੱਖੋ ਜੇ ਆਪਾਂ ਚਾਹੁੰਦੇ ਆਂ ਕਿ ਆਉਣ ਵਾਲਾ ਸਮਾਂ ਸੋਹਣਾ ਤੇ ਖੁਸ਼ਹਾਲ ਹੋਵੇ ਤਾਂ ਸਾਲ ਤੇ ਇੰਨਾ ਇਹ ਜਿਹੜੇ ਕੰਮ ਨੇ ਨਾ ਇਹ ਜ਼ਰੂਰ ਕਰੀਏ ਰੱਬ ਦਾ ਨਾਮ ਲਈਏ ਅੱਜ ਵਿੱਚ ਮਿਹਨਤ ਕਰਾਂਗੇ ਨਾ ਅੱਜ ਵਿੱਚ ਜਿਉਣਾ ਸਿੱਖਾਂਗੇ ਤਾਂ ਜਿਹੜਾ ਲੰਘ ਗਿਆ ਉਹ ਵੀ ਸੋਹਣਾ ਹੋਵੇਗਾ ਤੇ ਆਉਣ ਵਾਲਾ ਕੱਲ ਵੀ ਸੋਹਣਾ ਹੋਵੇਗਾ ਜਦੋਂ ਪਹੁੰਚੋਂ ਭੋ ਕੇ ਆਪਾਂ ਮੁੜ ਕੇ ਉਸੇ ਤੇ ਦੁਬਾਰਾ ਬਿਹਾਏ ਮੇਰੇ ਨਾਲ ਆ ਹੋ ਗਿਆ ਆ ਹੋ ਗਿਆ ਇੱਕ ਨਵਾਂ ਦਿਨ ਜਦੋਂ ਚੜਦਾ ਹੈ ਨਾ ਤੇ ਨਵੀਂ ਸ਼ੁਰੂਆਤ ਕਰਿਆ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰ ਵਾਹਿਗੁਰੂ ਦਾ ਨਾਮ ਲੈ ਤੇ ਆਪਣੇ ਕੰਮ ਦੀ ਆਰੰਭਤਾ ਕਰੋ ਦਿਨ ਵੀ ਸੋਹਣੇ ਆਉਣਗੇ ਆਪਣੀਆਂ ਆਦਤਾਂ ਵਿੱਚ ਛੋਟਾ ਛੋਟਾ ਬਦਲਾਅ ਕਰੋ ਵੀ ਅੱਜ ਮੈਂ ਇੱਕ ਕੰਮ ਸਿੱਖਿਆ ਸੀ ਨਾ ਅੱਜ ਜ਼ਿੰਦਗੀ ਦੇ ਵਿੱਚ ਇਹਨੂੰ ਮੈਂ ਲੈ ਕੇ ਵੀ ਆਉਣਾ ਤੇ ਇਹਦੇ ਨਾਲ ਸੁਧਾਰ ਵੀ ਕਰਨਾ ਹੈ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇਹ ਆਦਤਾਂ ਨੂੰ ਆਪਣਾ ਲਿਆ ਨਾ ਤਾਂ ਆਪਣੀ ਜ਼ਿੰਦਗੀ ਸੁਖੀ ਹੋ ਜਾਏਗੀ ਤੁਸੀਂ ਆਪਣੇ ਆਪ ਨਾਲ ਆਪਣੇ ਮਨ ਨੂੰ ਕਹੋ ਵੀ 21 ਦਿਨ ਲਗਾਤਾਰ ਨਾ ਮੈਂ ਸਵੇਰੇ 4 ਤੋਂ 5 ਵਜੇ ਦੇ ਵਿੱਚ ਉੱਠਣਾ ਹੀ ਉੱਠਣਾ ਜਦੋਂ ਉਹ ਸਮੇਂ ਉੱਠੋਗੇ ਨਾ 21 ਦਿਨ ਵਿੱਚ ਤੁਹਾਡੀ ਉਹ ਆਦਤ ਬਣ ਜਾਏਗੀ ਤੁਸੀਂ ਜਦੋਂ ਅੰਮ੍ਰਿਤ ਵੇਲੇ ਉੱਠਣ ਲੱਗਗੇ ਨਾ ਕਹਿੰਦੇ ਜੋ ਅੰਮ੍ਰਿਤ ਵੇਲੇ ਉੱਠਣ ਲੱਗ ਗਿਆ 80% ਉਹਦੀ ਜ਼ਿੰਦਗੀ ਦੀਆਂ ਜਿਹੜੀਆਂ ਪ੍ਰੋਬਲਮ ਨੇ ਨਾ ਉਹ ਆਪੇ ਹੀ ਦੂਰ ਹੋ ਜਾਣਗੇ ਇਸ ਲਈ ਤੁਸੀਂ ਅੱਜ ਤੋਂ ਹੀ ਇਹ ਆਪਣੇ ਆਪ ਨਾਲ ਪ੍ਰਣ ਕਰ ਲਓ ਵੀ ਮੈਂ ਹੁਣ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ। ਕਿੰਦੇ ਜੋ ਅੰਮ੍ਰਿਤ ਵੇਲੇ ਉੱਠ ਕੇ ਉਹ ਵਾਹਿਗੁਰੂ ਦਾ ਨਾਮ ਲੈਂਦਾ ਹੈ, ਸ਼ੁਕਰਾਨਾ ਕਰਦਾ ਹੈ, ਸਵੇਰੇ ਉੱਠ ਕੇ ਸੈਰ ਕਰਦਾ ਹੈ, ਕਿੰਦੇ ਉਹਦੇ ਜ਼ਿੰਦਗੀ ਦੇ ਵਿੱਚ ਸੁੱਖ ਵੀ ਆਉਂਦੇ ਨੇ, ਸਰੀਰ ਵੀ ਨਿਰੋਗ ਰਹਿੰਦਾ ਹੈ। ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਉਦਮ ਆ ਗਿਆ ਤੇ ਮਨ ਨੇ ਵੀ ਹੱਲਾਸ਼ੇਰੀ ਦਿੱਤੀ ਤੇ ਜੇ ਇਸ ਵੀ ਕੰਮ ਨੂੰ ਹੱਥ ਪਾਓਗੇ ਨਾ ਉੱਚ ਕਾਮਯਾਬੀ ਮਿਲੇਗੀ ਹੀ ਮਿਲੇਗੀ। ਇੱਕ ਜ਼ਿੰਦਗੀ ਦਾ ਨਿਯਮ ਬਣਾ ਲਓ ਅਮਰਤ ਵੇਲੇ ਉੱਠੇ ਵਾਇਗਰੂ ਦਾ ਨਾਮ ਲੇ ਸੈਰ ਕੀਤੀ ਤੇ 7 ਵਜੇ ਤੱਕ ਘਰ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਫਿਰ ਹੌਲੀ ਹੌਲੀ ਜਿਹੜਾ ਆਪਣਾ ਜੀਵਨ ਹੈ ਨਾ ਇਹ ਚੋਂ ਨਿੰਦਿਆ ਚੁਗਲੀ ਤੁਰ ਗਈ ਨਾ ਤਾਂ ਕਹਿੰਦੇ ਫਿਰ ਆਪੇ ਪੋਨੇ ਇਕੱਠੇ ਹੋਣ ਲੱਗ ਜਾਣਗੇ ਤੇ ਕਰਮ ਵੀ ਬਦਲਣਗੇ ਜਦੋਂ ਆਪਾਂ ਨਿੰਦਿਆ ਚੁਗਲੀ ਕਰਦੇ ਆਂ ਤੇ ਜੋ ਆਪਾਂ ਚੰਗੇ ਕੰਮ ਵੀ ਕੀਤੇ ਹੁੰਦੇ ਨੇ ਕਹਿੰਦੇ ਨਿੰਦਿਆ ਚੁਗਲੀ ਉਹਨਾਂ ਨੂੰ ਵੀ ਖਾ ਜਾਂਦੀ ਬਰਕਤ ਨੂੰ ਖਾ ਜਾਂਦੀ ਇਸ ਕਰਕੇ ਨਿਯਮ ਬਣਾ ਲਓ ਵੀ 21 ਦਿਨ ਲਗਾਤਾਰ ਘਰ ਚ ਕਿਸੇ ਦੀ ਨਿੰਦਿਆ ਚੁਕਲੀ ਨਹੀਂ ਕਰਨੀ ਫਿਰ ਦੇਖਿਓ ਉਹ ਆਦਤ ਬਣ ਜੇਗੀ ਵੀ ਆਪਾਂ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਤੇ ਫਿਰ ਆਪੇ ਪੁੰਨਾ ਚ ਵਾਦਾ ਹੋਏਗਾ ਤੇ ਭਾਗ ਵੀ ਬਦਲਣਗੇ ਇਹ ਪੰਜ ਕੰਮ ਜਿਹੜੇ ਨੇ ਤੁਸੀਂ ਆਪਣੀ ਜ਼ਿੰਦਗੀ ਤੇ ਇਹ ਆਦਤਾਂ ਨੂੰ ਚੰਗੇ ਕਰ ਲਓ ਤੁਹਾਡੇ ਘਰ ਅਮੀਰੀ ਵੀ ਆਏਗੀ ਤੇ ਬਰਕਤ ਵੀ ਆਏਗੀ